सत श्री अकाल जी। आज आप श्री विश्वकर्मा मणकू कोप कला बारे बारे गल करांगे, जो कि अपने फैबर वाली हुड अते बंपरां विच बहुत ही मन्ने परमन्ने हन, जिथे कि आपां हर वक्त 3-4 ट्रैक्टर वेखण नूं मिलदे ने। जदों वी आपां मरेकुल रोड ते जांदे आ तां इह सोप बिलकुल ही रोड दे उपर है। ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜੋ ਹਰੇਕ ਟਰੈਕਟਰ ਦਾ ਇੱਥੋਂ ਬਹੁਤ ਹੀ ਆਸਾਨੀ ਨਾਲ ਮਿਲ ਜਾਂਦਾ ਹੈ, ਅਤੇ ਬਹੁਤ ਹੀ ਵਧੀਆ ਕੁਆਲਿਟੀ 'ਚ ਜੋ ਤਿਆਰ ਕੀਤੇ ਗਏ ਹਨ। ਇੱਥੇ ਤੁਹਾਨੂੰ ਹਰ ਇੱਕ ਟਰੈਕਟਰ ਦਾ ਬੰਪਰ ਬਹੁਤ ਹੀ ਹੈਵੀ ਤੋਂ ਹੈਵੀ ਬੰਪਰ ਮਿਲ ਜਾਂਦੇ ਹਨ, ਜੋ ਕਿ ਮੈਗ ਵੈਲਡਿੰਗ ਵਿੱਚ ਤਿਆਰ ਕੀਤੇ ਗਏ ਹਨ। ਇੱਥੇ ਹਰ ਇੱਕ ਟਰੈਕਟਰ ਦੀ ਫੈਬਰ ਹੁੱਡ ਬਹੁਤ ਹੀ ਵਧੀਆ ਕੁਆਲਿਟੀ ਵਿੱਚ ਤਿਆਰ ਕੀਤੀ ਗਈ ਹੈ। ਮਣਕੂ ਕੋਪਲਾ ਵਾਲਿਆਂ ਦਾ ਇਹ ਇੱਕ ਨਵਾਂ ਫੈਬਰ ਹੁੱਡ ਤਿਆਰ ਕੀਤਾ ਗਿਆ ਹੈ, ਅਤੇ ਆਪਾਂ ਸਾਰੇ ਜਾਣਦੇ ਹੀ ਹਾਂ ਕਿ ਮਣਕੂ ਕੋਪਲਾ ਵਾਲੇ ਜੋ ਕਿ ਪਹਿਲਾਂ ਤੋਂ ਹੀ ਬਹੁਤ ਮਸ਼ਹੂਰ ਨੇ, ਜਿਨ੍ਹਾਂ ਦੇ ਡੋਲੀ ਅਤੇ ਸੋ ਵਾਲੀ ਚਾਦਰ ਬਹੁਤ ਹੀ ਟਰੈਕਟਰ 'ਤੇ ਆਪਾਂ ਅਕਸਰ ਹੀ ਦੇਖਦੇ ਹਾਂ। ਇੱਥੇ ਟਰੈਕਟਰ ਦੇ ਮੂਹਰਲੇ ਮਿਡ ਗਾਰਡ ਅਤੇ ਬੈਂਟਰੀ ਬਾਕਸ ਬਹੁਤ ਹੀ ਵਧੀਆ ਕੁਆਲਿਟੀ ਵਿੱਚ ਤਿਆਰ ਕੀਤੇ ਜਾਂਦੇ ਹਨ। ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਨਰੋਈ ਚਾਦਰ ਲਗਾ ਕੇ ਤਿਆਰ ਕੀਤਾ ਗਿਆ ਬੈਂਟਰੀ ਬਾਕਸ ਹੈ, ਬਹੁਤ ਹੀ ਭਾਰੀ ਬੈਂਟਰੀ ਬਾਕਸ। ਇੱਥੇ ਬੰਪਰਾਂ ਦਾ ਸਾਰਾ ਸਮਾਨ ਤਿਆਰ ਕੀਤਾ ਜਾਂਦਾ। ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਮੋਟੀ ਪੱਤੀ ਜਿਸ ਨਾਲ ਬੰਪਰ ਤਿਆਰ ਕੀਤਾ ਜਾਂਦਾ। ਇੱਥੇ ਆਪਣੇ ਵੀਰ ਦੀ ਪੇਂਟ ਜੋਬ ਜੋ ਕਿ ਬੰਪਰ ਨੂੰ ਪੇਂਟ ਕੀਤਾ ਜਾਂਦਾ,